जी कहते हैं महेंद्र अपा जी लेक बैलेंस ब्रो बैलेंस लेक कंजर्वेशन एरिया बैलेंस लेक आज थानू अपन दिखावांगे कनेडा दी एक होर लेक जिथे के अपा बहुत घट अपने बंदे नू पता इहदे बारे मैं ते मनजिंदर दो ही जाने ਆਪਾਂ ਲੱਭ ਰਹੇ ਆ ਟ੍ਰੇਲ ਮੇ ਅੰਦਰ ਹੈ ਨਹੀਂ ਮੈਨੂੰ ਲੱਗਦੀ ਟ੍ਰੇਲ ਇੱਧਰ ਹੈ ਬ్రో ਹੈਗੀ ਆ ਯਾਦ ਰੱਖਦਾ ਮੁੰਡਾ ਬਹੁਤ ਜ਼ਿਆਦਾ ਕਾ ਐਵੇਂ ਨਹੀਂ ਕੱਟਿਆ ਹੋਇਆ ਇੱਥੇ ਹਾਂ ਓਕੇ ਇਹ ਕਿੱਧਰ ਜਾਂਦੀ ਆ ਫਿਰ ਇੱਥੇ ਜਿੱਥੋਂ ਪਾਣੀ ਦਾ ਡੈਮ ਮਤਲਬ ਪਾਣੀ ਰੋਕ ਕੇ ਰੱਖਦੇ ਆ ਨਾ ਉਹ ਫਿਰ ਡੈਮ ਆ ਇੱਕ ਉਹ ਦੇਖ ਕੇ ਆਉਣਾ ਆਪਾਂ ਓਕੇ ਇੱਕ ਛੋਟੀ ਬੋਰਡ ਵਾਕ ਬਣੀ ਹੋਈ ਹੈ ਮਤਲਬ ਥੋੜੀ ਉਹ ਵੀ ਦੇਖ ਕੇ ਆਉਣਾ काफी रश दिखाने थोड़े टाइम च कैच एंड रिलीज सो कैच एंड रिलीज का मतलब है भी तुसी फिशेस नू फड़ के छड़ना तुसी नाल नहीं लेके जा सकते यही है ना महेंद्र मेरा भीर झोले च नहीं मच्छियां पाउणियां जे फड़ लिया ठीक है हाँ जस्ट फॉर फन मित्रों रिलीज कर ਇੱਥੋਂ ਆਪਾਂ ਤੁਰ ਕੇ ਜਾਣਾ ਅੱਗੇ ਆ ਹੈਗਾ ਲੁੱਕ ਆਊਟ ਪੁਆਇੰਟ ਫਿਰ ਅੱਗੇ ਜਾ ਕੇ ਹੈਗਾ ਬੋਰਡ ਵਾਕ ਓਕੇ ਪਹਿਲਾਂ ਹੁਣ ਆਪਾਂ ਆਹ ਦੇਖੇ ਬ੍ਰਿਜ ਹੈ ਨਾ ਤੇ ਤੁਰ ਕੇ ਚੱਲੀਏ ਇੱਧਰ ਨੂੰ ਫਿਰ ਹੈ ਨਾ ਹਾਂ ਫਿਰ ਤੁਰ ਕੇ ਚੱਲਦੇ ਹਾਂ ਤੇ ਫਿਰ ਆਪਾਂ ਜੇ ਗੱਡੀ ਲੈ ਕੇ ਜਾਣੀ ਜੀਪ ਲੈ ਜਾਾਂਗੇ ਆਪਾਂ ਤੇਰੀ ਚੋਇਸ ਆ ਆਪਾਂ ਕੋਈ 12 ਕਿਲੋਮੀਟਰ ਆ ਤੁਰ ਕੇ ਜਾ ਦੇ ਤੱਕ ਬਾ ਠੀਕ ਆ ਵੀ 1.5 ਕਿਲੋਮੀਟਰ ਹੈ ਕੱਢ ਲਾਂਗੇ ਇੱਥੋਂ ਓਕੇ ਆਪਾਂ ਜਾ ਰਹੇ ਹਾਂ ਵੀਰੇ ਲੁੱਕ ਆਊਟ ਪੁਆਇੰਟ ਤੇ ਹੇ ਯੂ ਗੋ ਲੁੱਕ ਆਊਟ ਦਿਸ ਵੇ ਯਾ ਮੇਨ ਚੈੱਕ ਇਟ ਆਊਟ ਮੇਨ ਜਿੱਥੇ ਆਪਾਂ ਪਾਰਕ ਲਾਉਨੇ ਉਤੋਂ 850 ਮੀਟਰ ਦੂਰ ਆ ਤੇ ਇੱਥੇ ਖੜ ਕੇ ਬਹੁਤ ਵਧੀਆ ਸੀਨਿਕ ਵਿਊ ਆ ਪਿੱਛੇ ਆਪਾਂ ਜਾ ਕੇ ਆਏ ਆ ਜਿੰਨੀ ਵੀਡੀਓਜ਼ ਨੇ ਪਾਈਆਂ ਉੱਥੇ ਕੈਂਪ ਗਰਾਊਂਡ ਸੀਗਾ ਤੁਸੀਂ ਕੈਂਪ ਗਰਾਊਂਡ ਆਪਣਾ ਬੁੱਕ ਕਰ ਸਕਦੇ ਹੋ ਕਾਫੀ ਆਈ ਥਿੰਕ 6 ਤੋਂ 7 ਵਾਲੀਬਾਲ ਦੇ ਨੈਟ ਲੱਗੇ ਹੋਏ ਆ ਤੁਸੀਂ ਵਾਲੀਬਾਲ ਖੇਡ ਸਕਦੇ ਹੋ ਠੀਕ ਆ ਬੀਚਸ ਨੇ ਤੁਸੀਂ ਕਨੋ ਕਰ ਸਕਦੇ ਹੋ ਬਹੁਤ ਹੀ ਲਾਰਜ ਝੀਲ ਆ ਬਹੁਤ ਹੀ ਵੱਡੀ ਲੇਕ ਆ ਸੋ ਵੈਲੈਂਸ ਲੇਕ ਕੰਜ਼ਰਵੇਸ਼ਨ ਏਰੀਆ ਜਸਟ ਆਈ ਥਿੰਕ 45 ਕਿਲੋਮੀਟਰ 45 ਮਿੰਟਸ ਡਰਾਈਵ ਫਰਮ ਬ੍ਰੈਂਟਨ ਟੋਰਾਂਟੋ ਐਂਡ ਮਿਸਿਸਾਗਾ ਮਸਟ ਵਾਚ ਮਸਟ ਵਿਜ਼ਿਟ ਪਲੇਸ
ਸਾਨੂੰ ਮੌਕਾ ਮਿਲਿਆ ਅੱਜ ਮਨਿੰਦਰ ਸਿੰਘ ਵੱਲੋਂ ਸੇਵਾ ਹੋਈ ਆ ਕਹਿੰਦਾ ਆਪਾਂ ਚੱਲਦੇ ਹਾਂ ਦੋਵੇਂ ਜਾਣੇ ਸੀਗੇ ਅੱਜ ਬਾਕੀ ਬੈਲੀ ਘੁੰਮਣ ਗਏ ਹੋਏ ਆ ਅਗਲੀ ਵੀਡੀਓਜ਼ ਦੇ ਵਿੱਚ ਉਹਨਾਂ ਨੂੰ ਵੀ ਲੈ ਕੇ ਆਵਾਂਗੇ ਬਹੁਤ ਹੀ ਸੋਹਣਾ ਰਸਤਾ ਬਹੁਤ ਹੀ ਸਕੂਨ ਦੇਣ ਵਾਲਾ ਬਰਡਸ ਸਾਨੂੰ ਬੋਲਦੇ ਤਾਂ ਸੁਣਾਈ ਦੇਣਗੇ ਇੰਨੀ ਫਰੈਸ਼ ਹਵਾ ਸਟ੍ਰੈਸ ਬਸਟਰ ਆ ਇੱਕ ਤਰੀਕੇ ਦੇ ਨਾਲ ਦੁਨੀਆ ਤੁਸੀਂ ਸਭ ਕੁਛ ਭੁੱਲ ਸਕਦੇ ਹੋ ਲਾਈਫ 'ਚ ਜੋ ਚੱਲਦਾ ਰਾਈਟ ਸਵੇਰੇ ਆਓ ਸਾਜਰੇ ਵਧੀਆ ਮੌਸਮ ਦੇਖ ਕੇ ਚੈੱਕ ਕਰਕੇ ਸ਼ਾਮ ਤੱਕ ਇੱਥੇ ਰਹੋ ਖਾਣ ਪੀਣ ਦਾ ਸਮਾਨ ਲੈ ਕੇ ਆਓ ਲੈ ਵੀ ਮੈਂ ਦੱਸਿਆ ਪਹੁੰਚ ਚੁੱਕੇ ਹਾਂ ਆਪਾਂ ਲੁੱਕ ਆਊਟ ਪੁਆਇੰਟ 'ਤੇ ਇੱਥੋਂ ਇਹਨਾਂ ਨੇ ਥੋੜ੍ਹਾ ਜਿਹਾ ਉੱਚਾ ਚੱਕ ਕੇ ਲੱਕੜੀ ਦਾ ਬਣਾਇਆ ਹੋਇਆ ਠੀਕ ਆ ਅਤੇ ਉਸਨੇ Look at the level of water here. ਚੱਲੇ ਹਾਂ ਆਪਾਂ ਬੋਰਡ ਵਾਕ 'ਤੇ ਪਿੱਛੇ ਸੀਗਾ ਇੱਕ ਉਹ ਦਿਖਾ ਤਾ ਅਤੇ ਇੱਧਰ ਹੈਗਾ ਨੈਕਸਟ ਬੋਰਡ ਵਾਕ ਬੋਰਡ ਵਾਕ ਅਤੇ ਬਹੁਤ ਹੀ ਵਧੀਆ ਫੀਲਿੰਗ ਆ ਰਹੀ ਆ ਬਹੁਤ ਹੀ ਵਧੀਆ ਵਿਊ ਆ ਇੰਨਾ ਜ਼ਿਆਦਾ ਸੀਨਿਕ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਰਾਈਟ ਫੋਟੋਗ੍ਰਾਫੀ ਦੇ ਲਈ ਤੁਸੀਂ ਫੋਟੋਗ੍ਰਾਫੀ ਦੇ ਸ਼ੌਕੀਨ ਹੋ ਆਪਾਂ ਦੇਖਦੇ ਹਾਂ ਵਾਲਪੇਪਰਸ ਦੇ ਵਿੱਚ ਸਾਰਾ ਕੁਛ ਇੱਥੇ ਉਹ ਵਿਊ ਮਿਲਣਾ ਤੁਹਾਨੂੰ ਗ੍ਰੀਨਰੀ ਮਿਲਣੀ ਆ ਨਾਲ ਰਾਈਟ ਅਤੇ ਜਿਹੜਾ ਵੁੱਡ ਦਾ ਕੰਟਰਾਸਟ ਆਉਂਦਾ ਨੀਚੇ ਤੋਂ ਉਹ ਬਹੁਤ ਹੀ ਵਧੀਆ ਗ੍ਰੇਸਫੁੱਲ ਪਿਕਚਰਸ ਆਉਂਦੀਆਂ ਨੇ ਜੇ ਕੋਈ ਸ਼ੌਕੀਨ ਆ ਫੋਟੋਗ੍ਰਾਫੀ ਦਾ ਅਤੇ ਜੇ ਕੋਈ ਨੇਚਰ ਦੇ ਜ਼ਿਆਦਾ ਕਲੋਜ਼ ਜਿਹਨੂੰ ਪਿਆਰ ਹੈ ਉਹਦੇ ਲਈ ਵੀ ਬਹੁਤ ਹੀ ਵਧੀਆ ਜਗ੍ਹਾ ਹੈਗੀ ਆ ਮੋਸਕੀਟੋਜ਼ ਬਹੁਤ ਨੇ ਥੋੜ੍ਹਾ ਜਿਹਾ ਬਚ ਕੇ ਰਿਪੈਲਰ ਲਾ ਕੇ ਅਤੇ ਬਹੁਤ ਹੀ ਵਧੀਆ ਸ਼ਾਨਦਾਰ